ਅਗਲੀ ਖਬਰ ਵੱਲ ਚਲੀਏ ਪਿਛਲੇ ਕੁਝ ਦਿਨਾਂ ਤੋਂ ਪ੍ਰਿੰਸਟਨ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਮਿਸ ਰਾਜ ਇਵਨੈਟੀ ਉਹ ਮਿਸਿੰਗ ਸੀਗੀ ਤੇ ਅੱਜ ਉਸਦੀ ਬਾਡੀ ਮਸਰ ਕਾਉਂਟੀ ਦੇ ਪ੍ਰੋਸੀਕਿਊਟਰ ਆਫਿਸ ਨੇ ਦੱਸਿਆ ਕਿ ਉਸ ਨੂੰ ਲੱਭ ਲਿਆ ਗਿਆ ਉਹ ਸੇਮ ਹੀ ਪ੍ਰਿੰਸਟਨ ਯੂਨੀਵਰਸਿਟੀ ਦਾ ਜੋ ਕੈਂਪਸ ਆ ਉੱਥੇ ਦੀ ਜੋ ਟੈਨਿਸ ਗਰਾਊਂਡ ਆ ਉਹਦੇ ਪਿਛਲੇ ਪਾਸੇ ਉਹਦੀ ਬਾਡੀ ਲੱਭੀ ਗਈ ਹੈ 1 ਵਜੇ ਦੇ ਕਰੀਬ ਬਾਅਦ ਦੁਪਹਿਰ ਉਸਦੀ ਬਾਡੀ ਨੂੰ ਲੱਭਿਆ ਗਿਆ ਤੇ ਉਸ ਦੇ ਪਰਿਵਾਰ ਨੂੰ ਦੱਸਿਆ ਗਿਆ ਆ ਆਟੋਪਸੀ ਜੋ ਮਿਡਲਸੈਕਸ ਕਾਉਂਟੀ ਮੈਡੀਕਲ ਐਗਜ਼ਾਮੀਨਰ ਵੱਲੋਂ ਕੀਤੀ ਜਾ ਰਹੀ ਹੈਗੀ ਆ ਤੇ ਉਹਨਾਂ ਨੇ ਦੱਸਿਆ ਕਿ ਕੋਈ ਸਾਈਨ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਇੰਜਰੀ ਦਾ ਪਈ ਉਹਦੀ ਜਿਹੜੀ ਡੈਥ ਉਹ ਸਸਪੀਸ਼ੀਅਸ ਜਾਂ ਕ੍ਰਿਮੀਨਲ ਇਨ ਨੇਚਰ ਨਹੀਂ ਲੱਗਦੀ ਹੈਗੀ ਤੇ ਸਾਡਾ ਪਰਿਵਾਰ ਸਾਡਾ ਜਿਹੜਾ ਹਰਤਾ ਉਹ ਸਾਰੇ ਪਰਿਵਾਰ ਦੇ ਨਾਲ ਤੇ ਉਹਦੇ ਦੋਸਤਾਂ ਮਿੱਤਰਾਂ ਦੇ ਨਾਲ ਹੁਣ ਇਹ ਪਤਾ ਨਹੀਂ ਚੱਲ ਰਿਹਾ ਕਿ ਕਿਉਂ ਇਸ ਤਰ੍ਹਾਂ ਉਸ ਲੜਕੀ ਦੀ ਜਿਹੜੀ ਆ ਮੌਤ ਹੋਈ ਹੈਗੀ ਆ ਪਰ ਉਸ ਦਾ ਜੋ ਭਰਾ ਆ ਉਹ ਕਹਿ ਰਿਹਾ ਕਿ ਸਾਨੂੰ ਇੱਕ ਤਰ੍ਹਾਂ ਨਾਲ ਡਾਰਕ ਵਿੱਚ ਰੱਖਿਆ ਗਿਆ ਸ਼ੇ ਦਿਨਾਂ ਤੋਂ ਮਿਸਿੰਗ ਸੀਗੀ ਯੂਨੀਵਰਸਿਟੀ ਨੇ ਇੰਨੀ ਜ਼ਿਆਦਾ ਪੁਸ਼ਤਾਸ਼ ਨਹੀਂ ਕੀਤੀ ਜਿੰਨੀ ਕਰਨੀ ਚਾਹੀਦੀ ਸੀ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਬੀਟ-ਬੀਟ ਕੀਤਾ ਸੀ ਕਿ ਉਹ ਵੱਖ-ਵੱਖ ਲਾ ਇਨਫੋਰਸਮੈਂਟ ਏਜੰਸੀਜ਼ ਦੇ ਨਾਲ ਵਰਕਆਊਟ ਕਰ ਰਹੇ ਆ ਉਸ ਨੂੰ ਲੱਭਣ ਦੇ ਲਈ ਬਾਅਦ ਦੇ ਵਿੱਚ ਉਹਨਾਂ ਨੇ ਵੀ ਕਿਹਾ ਵੀ ਮੈਂ ਇੱਕ ਤਰ੍ਹਾਂ ਨਾਲ ਹਾਰਟ ਬ੍ਰੋਕਨ ਆ ਉਸ ਬੱਚੀ ਦੀ ਮੌਤ ਤੇ ਤੇ ਅਸੀਂ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਭਾਈਵਾਲ ਹੈਗੇ ਆ ਉਹਦਾ ਪਰਿਵਾਰ ਕਹਿ ਰਿਹਾ ਵੀ ਉਹ ਉਸ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀ ਆਪਣੇ ਉਹ ਬਿਲਕੁਲ ਖੁਸ਼ ਰਹਿੰਦੀ ਸੀ ਕਲਾਸਸ ਵਧੀਆ ਲਾਂਦੀ ਸੀ ਪ੍ਰਿੰਸਟਨ ਯੂਨੀਵਰਸਿਟੀ ਇਦਾਂ ਦੀ ਯੂਨੀਵਰਸਿਟੀ ਹੈ ਉੱਥੇ ਐਡਮਿਸ਼ਨ ਮਿਲਣਾ ਬਹੁਤ ਔਖਾ ਹੈਗਾ ਆ ਜੀ ਤੇ ਕਹਿੰਦੇ ਵੀ ਹੁਣ ਪਤਾ ਨਹੀਂ ਚੱਲ ਰਿਹਾ ਵੀ ਕੀ ਕਾਰਨ ਹੋਇਆ ਵੀ ਉਸ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ ਰੋਕ ਕਰਕੇ ਸੈਕਰਾਮੈਂਟੋ ਦਾ ਸੈਕਰਾਮੈਂਟੋ ਦੇ ਵਿੱਚ ਪੁਲਿਸ ਇੱਕ ਸ਼ੂਟਿੰਗ ਦੇ ਮਾਮਲੇ ਦੇ ਵਿੱਚ ਜਿਹੜੀ ਆ ਜਾਂਚ ਕਰ ਰਹੀ ਹੈ ਪੁਲਿਸ ਦੇ ਦੱਸਣ ਮੁਤਾਬਕ 3900 ਬਲੋਕ ਸਟਰੀਟ ਉੱਤੇ ਇੱਕ ਸ਼ੂਟਿੰਗ ਦੀ ਘਟਨਾ ਵਾਪਰੀ ਸੀਗੀ ਤੇ ਉਸ ਤੋਂ ਬਾਅਦ ਇਹ ਈਸਟ ਸੈਕਰਾਮੈਂਟੋ ਦਾ ਇਲਾਕਾ ਦੱਸਿਆ ਗਿਆ ਤੇ ਉਸ ਤੋਂ ਬਾਅਦ ਉੱਥੇ ਇੱਕ ਅਡਲਟ ਨੂੰ ਜਿਹੜਾ ਉਹ ਮ੍ਰਿਤਕ ਹਾਲਤ ਦੇ ਵਿੱਚ ਪਾਇਆ ਗਿਆ ਸੀ ਸੈਕਰਾਮੈਂਟੋ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਹੜਾ ਸ਼ੱਕੀ ਹੈ ਇਸ ਮਾਮਲੇ ਦੇ ਵਿੱਚ ਜਿਹਦੇ ਬਾਰੇ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਉਹ ਇਸ ਸ਼ੂਟਿੰਗ ਦੇ ਵਿੱਚ ਲੁੜਿੰਦਾ ਹੋ ਸਕਦਾ ਹੈ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਹਾਲਾਂਕਿ ਪੁਲਿਸ ਨੇ ਉੱਥੇ ਪਹੁੰਚ ਕੇ ਕਈ ਇਲਾਕਿਆਂ ਤੋਂ ਜਿਹੜਾ ਅ ਪਛਗ ਇਹਨਾਂ ਇਲਾਕਿਆਂ ਦੇ ਵਿੱਚ ਕਈ ਜਨਤੋਂ ਪਛਗ ਜਿਹੜੀ ਆ ਉਹ ਕੀਤੀ ਹੈ ਤੇ ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਹੁਣ ਜਿਹੜਾ ਆ 39th ਸਟਰੀਟ ਐ ਫਾਲਸਮਾ ਬੁਲੇਵਾਰਡ ਐ ਐਮ ਸਟਰੀਟ ਦੇ ਲਾਗੇ ਉਹ ਇਲਾਕਾ ਜਿਹੜਾ ক্লোਜ਼ ਕੀਤਾ ਹੋਇਆ ਕਿਉਂਕਿ ਉੱਥੇ ਜਾਂਚ ਪੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਪੁਲਿਸ ਨੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲੋਕਾਂ ਤੋਂ ਇਹ ਅਪੀਲ ਕੀਤੀ ਹੈ ਲੋਕਾਂ ਨੂੰ ਇਹ ਕਿਹਾ ਕਿ ਜੇਕਰ ਤੁਸੀਂ ਵੀ ਸ਼ੱਕੀ ਨੂੰ ਪਾਲਣ ਦੇ ਵਿੱਚ ਸਾਡੀ ਮਦਦ ਕਰ ਸਕਦੇ ਹੋ ਤਾਂ ਪੁਲਿਸ ਦੀ ਮਦਦ ਜ਼ਰੂਰ ਕਰੋ ਜਿਹੜਾ ਬੰਦਾ ਇਸ ਸ਼ੂਟਿੰਗ ਦਾ ਸ਼ਿਕਾਰ ਹੋਇਆ ਜਿਸ ਦੀ ਮੌਤ ਹੋਈ ਹੈ ਉਹਦੇ ਬਾਰੇ ਵੇਰਵਿਆਂ ਦੀ ਹਲੇ ਉਡੀਕ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੀ